ਸਾਡੀ ਤੀਸਰੀ ਸ਼ਾਇਰਾ ਨੇ ਜੀ ਸੁਨੀਤਾ ਮਦਾਨ ਜੀ ਬਹੁਤ ਅੱਛਾ ਲਿਖਦੇ ਨੇ, ਕਹਿੰਦੇ ਦੁਨੀਆ ਕਹਿੰਦੀ ਖੁਸ਼ੀਆਂ ਭਰਿਆ ਰੱਖੜੀ ਦਾ ਤਿਉਹਾਰ, ਪਰ ਮੈਂ ਖੂੰਜੇ ਲੱਗ ਕੇ ਬੈਠੀ ਕਰਾਂ ਵੀਰ ਦਾ ਇੰਤਜ਼ਾਰ। ਲਓ ਜੀ, ਬਿਲਕੁਲ ਇੰਤਜ਼ਾਰ ਤਾਂ ਹੁੰਦਾ ਹੀ ਹੈ ਭੈਣ ਭਰਾਵਾਂ ਦਾ, ਪਰ ਤੁਹਾਨੂੰ ਪਤਾ ਹੈ ਕਿ ਪ੍ਰਵਾਸ ਬਹੁਤ ਜ਼ਿਆਦਾ ਹੋ ਰਿਹਾ, ਕੈਨੇਡਾ ਅਮੈਰੀਕਾ ਇੰਗਲੈਂਡ ਦੇ ਵਿੱਚ ਪੰਜਾਬ ਬਹੁਤ ਜ਼ਿਆਦਾ ਵੱਸ ਰਿਹਾ, ਉਹਨਾਂ ਨੂੰ ਚਾਹੀਦਾ ਵਾਪਸ ਮੁੜਨਾ ਚਾਹੀਦਾ। ਸਾਡੇ ਚੌਥੇ ਕਵੀ ਨੇ ਸਰਬਜੀਤ ਸਿੰਘ ਵਿਰਦੀ ਜੀ, ਜੋ ਲੁਧਿਆਣੇ ਤੋਂ ਨੇ, ਪੰਜਾਬੀ ਸਟੇਜੀ ਕਵੀ ਨੇ, ਗੀਤਕਾਰ ਨੇ, ਪੇਸ਼ਕਾਰ ਤੇ ਸੰਚਾਲਕ ਨੇ, ਬਾਨੀ ਤੇ ਸਾਬਕਾ ਪ੍ਰਧਾਨ ਪੰਜਾਬੀ ਗੀਤਕਾਰ ਸਭਾ ਪੰਜਾਬ, ਪ੍ਰਧਾਨ ਪੰਜਾਬੀ ਗੀਤਕਾਰ ਮੰਚ, ਤੇ ਲਾਈਨਾਂ ਬਹੁਤ ਹੀ ਖੂਬਸੂਰਤ। ਅਤ ਜ਼ੁਲਮ ਦੀ ਜ਼ਾਲਮਾਂ ਨੇ ਕਰਤੀ, ਅਤ ਜ਼ੁਲਮ ਦੀ ਜ਼ਾਲਮਾਂ ਨੇ ਕਰਤੀ, ਸਾਰੀ ਖੂਨ ਨਾਲ ਰੰਗ ਦਿੱਤੀ ਧਰਤੀ। ਸਾਡੇ ਪੰਜਵੇਂ ਕਵੀ ਨੇ ਨਕਾਸ਼ ਚਿਤਵਨੀ ਜੀ, ਬਹੁਤ ਹੀ ਖੂਬਸੂਰਤ ਲਿਖਦੇ ਨੇ, ਕਵਿਤਾ ਲਿਖਦੇ ਨੇ, ਗੀਤ ਲਿਖਦੇ ਨੇ, ਗਜ਼ਲ ਲਿਖਦੇ ਨੇ। ਬੁੱਲਿਆ ਦੇਸ ਪੰਜਾਬ ਨੂੰ ਹਾਕਮ ਗਿਆ ਮਦੋਲ, ਇੱਥੇ ਸੋਚੀ ਲੱਗੇ ਜੰਦਰੇ ਚਾਬੀ ਹਾਕਮ ਕੋਲ। ਬਹੁਤ ਬਹੁਤ ਸਵਾਗਤ ਜੀ ਤੁਹਾਡਾ ਵੀ। ਬਲਦੇਵ ਰਾਜ ਕੋਮਲ ਜੀ ਰਿਟਾਇਰਡ ਬੈਂਕ ਮੈਨੇਜਰ ਨੇ, ਦਾਰਾ ਸਕੂਲ ਦੇ ਨਾਲ ਜੁੜੇ ਹੋਏ ਨੇ, ਆਰਿਫ ਗੋਬਿੰਦ ਪਰੀ ਦੇ ਸ਼ਾਗਿਰਦ ਰਹੇ ਨੇ, ਪਲੇਠਾ ਕਾਵ ਸੰਗ੍ਰਹਿ ਦੀਵਾ ਬਲਦਾ ਰਹੇ, ਇਹ ਜ਼ਮਾਨੇ ਸਫ਼ਰ ਮੇਰਾ, ਇਹ ਜ਼ਮਾਨੇ ਸਫ਼ਰ ਮੇਰਾ, ਬਖਸ਼ਿਸ਼ ਸਰਕਾਰ ਦੀ ਹੈ, ਸਰਾਣਾ ਮੇਰਾ ਇੱਟ ਦਾ ਚਾਦਰ ਅਖਬਾਰ ਦੀ ਹੈ। ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਰਣਜੀਤ ਰੇਡੀਓ 'ਚ। ਰਣਜੀਤ ਕੌਰ ਸੰਧੂ ਰੇਡੀਓ ਦੇ ਪਿਆਰ ਸਰੋਤਿਆਂ ਨੂੰ ਮੇਰੀ ਜਸਪਾਲ ਦੀਰਵੀ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬ। ਮੈਂ ਮੈਡਮ ਰਣਜੀਤ ਕੌਰ ਅਤੇ ਉਹਨਾਂ ਦੀ ਟੀਮ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਪਿਆਰੇ ਸਰੋਤਿਆਂ ਨਾਲ ਸਾਂਝ ਪਾਉਣ ਦਾ ਮੌਕਾ ਦਿੱਤਾ। ਮੈਂ ਸ਼ਾਇਰ ਦੋਸਤਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਬੇਨਤੀ ਕਬੂਲ ਕਰਦਿਆਂ ਅੱਜ ਦੇ ਕਵੀ ਦਰਬਾਰ ਵਿੱਚ ਸ਼ਿਰਕਤ ਕੀਤੀ। ਸਾਵਣ 'ਤੇ ਇੱਕ ਗਜ਼ਲ ਤੁਹਾਡੀ ਨਜ਼ਰ ਕਰ ਰਿਹਾ ਜੀ ਸਭ ਦੀ। ਗਜ਼ਲ ਦਾ ਮਤਲਬ ਹੈ ਜੀ, ਚੰਦਰਾ ਮਾਹੀ ਫਿਰ ਨਾ ਆਇਆ ਸਾਵਣ ਵਿੱਚ, ਚੰਦਰਾ ਮਾਹੀ ਫਿਰ ਨਾ ਆਇਆ ਸਾਵਣ ਵਿੱਚ, ਅੰਗੜਾਈਆਂ ਲੈ ਵਕਤ ਲੰਘਾਇਆ ਸਾਵਣ ਵਿੱਚ, ਚੰਦਰਾ ਮਾਹੀ ਫਿਰ ਨਾ ਆਇਆ ਸਾਵਣ ਵਿੱਚ, ਅੰਗੜਾਈਆਂ ਲੈ ਵਕਤ ਲੰਘਾਇਆ ਸਾਵਣ ਵਿੱਚ। ਮਤਲਬ ਆਸਾਨੀ ਹੈ ਜੀ, ਚੁੱਪ ਚੁਪੀਤੇ ਦਿਲ ਵਰਤਾਇਆ ਸਾਵਣ ਵਿੱਚ, ਚੁੱਪ ਚੁਪੀਤੇ ਦਿਲ ਵਰਤਾਇਆ ਸਾਵਣ ਵਿੱਚ, ਸਾਡਾ ਫਿਰ ਲੂੰ ਲੂੰ ਨਸ਼ਿਆਇਆ ਸਾਵਣ ਵਿੱਚ। ਇੱਕ ਹੋਰ ਮਤਲਬ ਸਾਨੀ ਜੀ, ਬਾਲੇ ਮੀਂਹ ਨੇ ਪੰਗਾ ਪਾਇਆ ਸਾਵਣ ਵਿੱਚ, ਬਾਲੇ ਮੀਂਹ ਨੇ ਪੰਗਾ ਪਾਇਆ ਸਾਵਣ ਵਿੱਚ, ਕੱਚਾ ਕੋਠਾ ਚੋਣਾ ਲਾਇਆ ਸਾਵਣ ਵਿੱਚ, ਮਿਹਨਤ ਕਰਾ ਜਦ ਢੋਲਣ ਆਇਆ ਸਾਵਣ ਵਿੱਚ, ਮਿਹਨਤ ਕਰਾ ਜਦ ਢੋਲਣ ਆਇਆ ਸਾਵਣ ਵਿੱਚ, ਮੈਂ ਵੀ ਨਖਰਾ ਖੂਬ ਦਿਖਾਇਆ ਸਾਵਣ ਵਿੱਚ, ਪਹਿਲੇ ਸਾਵਣ 'ਤੇ ਮੈਂ ਜਦ ਪੇਕੇ ਟੁਰ ਗਈ, ਪਹਿਲੇ ਸਾਵਣ 'ਤੇ ਮੈਂ ਜਦ ਪੇਕੇ ਟੁਰ ਗਈ, ਢੋਲੇ ਦਾ ਫਿਰ ਮੂੰਹ ਕੁਮਲਾਇਆ ਸਾਵਣ ਵਿੱਚ, ਤੇਰੇ ਨਾਂ 'ਤੇ ਪਾ ਬੋਲੀਆਂ ਗਿੱਧੇ ਵਿੱਚ, ਅੱਜ ਮੈਂ ਖੂਬ ਧਮੱਚੜ ਪਾਇਆ ਸਾਵਣ ਵਿੱਚ, ਦਿਲ ਦੀ ਇੱਕ ਨਾ ਸਮਝੀ ਬੁੱਧੂ ਮਾਹੀ ਨੇ, ਦਿਲ ਦੀ ਇੱਕ ਨਾ ਸਮਝੀ ਬੁੱਧੂ ਮਾਹੀ ਨੇ, ਹਰ ਇੱਕ ਹਸਰਤ ਨੂੰ ਤਰਸਾਇਆ ਸਾਵਣ ਵਿੱਚ, ਕਿਣਮਿਣ 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 ਵਰ ਕੇ ਬਦਲਾ ਨੇ, ਮੇਰੇ ਦਿਲ ਦਾ ਚੈਨ ਜਲਾਇਆ ਸਾਵਣ ਵਿੱਚ। ਬੰਤੋ ਫੌਜਣ ਦਾ ਫੌਜੀ ਤਾਂ ਛੁੱਟੀ 'ਤੇ, ਬੰਤੋ ਫੌਜਣ ਦਾ ਫੌਜੀ ਤਾਂ ਛੁੱਟੀ 'ਤੇ, ਤੈਨੂੰ ਕਿਹੜੀ ਚੰਗ 'ਤੇ ਲਾਇਆ ਸਾਵਣ ਵਿੱਚ। ਸ਼ੇਰ ਦੇਖਣਾ ਜੀ, ਮੀਂਹ ਵਿੱਚ ਬੱਚੇ ਛਪ ਛਪ ਨੱਚਦੇ ਟੱਪਦੇ ਵੇਖ, ਮੀਂਹ ਵਿੱਚ ਬੱਚੇ ਛਪ ਛਪ ਨੱਚਦੇ ਟੱਪਦੇ ਵੇਖ, ਮੈਨੂੰ ਬਚਪਨ ਚੇਤੇ ਆਇਆ ਸਾਵਣ ਵਿੱਚ। ਮਗਤਾ ਹਾਜ਼ਰ ਹੈ ਜੀ, ਤੀਆਂ ਦੇ ਵਿੱਚ ਪੀਂਘ ਚੜ੍ਹਾਉਂਦੀ ਨੂੰ ਜ਼ਿਰਵੀ, ਤੀਆਂ ਦੇ ਵਿੱਚ ਪੀਂਘ ਚੜ੍ਹਾਉਂਦੀ ਨੂੰ ਜ਼ਿਰਵੀ, ਤੇਰੇ ਚੇਤੇ ਨੇ ਤੜਪਾਇਆ ਸਾਵਣ ਵਿੱਚ, ਤੇਰੇ ਚੇਤੇ ਨੇ ਤੜਪਾਇਆ ਸਾਵਣ ਵਿੱਚ। ਸ਼ੁਕਰੀਆ ਜੀ। ਮੈਂ ਰੂਪਲਾਲ ਰੂਪ ਰਣਜੀਤ ਰੇਡੀਓ ਦਾ ਧੰਨਵਾਦੀ ਹਾਂ ਜਿਨ੍ਹਾਂ ਸਾਨੂੰ ਮੌਕਾ ਦਿੱਤਾ ਦੂਰ ਦੂਰ ਬੈਠੇ ਸਰੋਤਿਆਂ ਨਾਲ ਸਾਂਝ ਪਾਉਣ ਦਾ। ਇਸ ਕਵੀ ਦਰਬਾਰ ਦੇ ਵਿੱਚ ਮੈਂ ਆਪਣੀ ਰਚਨਾ ਪੇਸ਼ ਕਰ ਰਿਹਾ, ਸੌਣ ਪਿਆ ਵਸਦਾ। ਤਾਰਾਂ ਦਿਲ ਵਾਲੀਆਂ ਨੂੰ ਕੌਣ ਪਿਆ ਕੱਸਦਾ, ਜ਼ੀਰ ਵੀ ਸਭ ਧਿਆਨ ਦੇਣਾ, ਤਾਰਾਂ ਦਿਲ ਵਾਲੀਆਂ ਨੂੰ ਕੌਣ ਪਿਆ ਕੱਸਦਾ, ਚੜ੍ਹ ਕੇ ਘਟਾਵਾਂ ਆਈਆਂ
ਸੌਣ ਪਿਆ ਵਸਦਾ। ਅਗਲਾ ਬੰਦਾ ਜੀ, ਲੱਖ ਭਾਵੇਂ ਚੱਲਦਾ ਕਰੋਨਾ ਵਾਲਾ ਕਾਲ ਹੈ, ਉਹ ਲੱਖ ਭਾਵੇਂ ਚੱਲਦਾ ਕਰੋਨਾ ਵਾਲਾ ਕਾਲ ਹੈ, ਮਾਹੀ ਤਾਂ ਇਹ ਮੇਲਣੇ ਦਾ ਮੁੱਖ ਤੇ ਜਲਾਲ ਹੈ। ਲੱਖ ਭਾਵੇਂ ਚੱਲਦਾ ਕਰੋਨਾ ਵਾਲਾ ਕਾਲ ਹੈ, ਮਾਹੀ ਤਾਂ ਇਹ ਮੇਲਣੇ ਦਾ ਮੁੱਖ ਤੇ ਜਲਾਲ ਹੈ। ਚਾਬੀ ਕੋਈ ਖੋਲਦੀ ਨਾ ਤਾਲਾ ਇਹ ਹੱਸਦਾ, ਚੜ ਕੇ ਘਟਾਵਾਂ ਆਈਆਂ ਸੌਣ ਪਿਆ ਵਸਦਾ। ਪਹਿਲਾਂ ਪੌਣ ਮੋਰ ਬਿੱਧੀ ਸਾਹਿਬ, ਪਹਿਲਾਂ ਪੌਣ ਮੋਰ ਬਾਕੀ ਮਿੱਠਾ ਮਿੱਠਾ ਬੋਲਦੇ, ਪਹਿਲਾਂ ਪੌਣ ਮੋਰ ਬਾਕੀ ਮਿੱਠਾ ਮਿੱਠਾ ਬੋਲਦੇ, ਦਿਲ ਦੇ ਬਾਜ਼ਾਰ ਮੋਰ ਨੀਹਾਂ ਲਈ ਖੋਲਦੇ। ਪਹਿਲਾਂ ਪੌਣ ਮੋਰ ਬਾਕੀ ਮਿੱਠਾ ਮਿੱਠਾ ਬੋਲਦੇ, ਦਿਲ ਦੇ ਬਾਜ਼ਾਰ ਮੋਰ ਨੀਹਾਂ ਦੇ ਲਈ ਖੋਲਦੇ। ਇਸ਼ਾਰਿਆਂ ਦੀ ਰੁੱਤ, ਇਸ਼ਾਰਿਆਂ ਦੀ ਰੁੱਤ ਬੋਲ ਕੋਈ ਕੋਈ ਦੱਸਦਾ, ਚੜ ਕੇ ਘਟਾਵਾਂ ਆਈਆਂ ਸੌਣ ਪਿਆ ਵਸਦਾ। ਨਵੀਆਂ ਬਿਓਲੀਆਂ ਨੂੰ ਚਾਅ ਬੜਾ ਸੁਣਦਾ, ਆ ਕਾਬਲੇ ਗੌਰ ਬੰਦਾ ਜੀ, ਨਵੀਆਂ ਬਿਓਲੀਆਂ ਨੂੰ ਚਾਅ ਬੜਾ ਸੌਣ ਦਾ, ਮਿੱਠਾ ਜਿਹਾ ਬਹਾਨਾ ਪਿੰਡ ਪੇਕੇ ਆਉਣ ਦਾ। ਨਵੀਆਂ ਬਿਓਲੀਆਂ ਨੂੰ ਚਾਅ ਬੜਾ ਸੌਣ ਦਾ, ਮਿੱਠਾ ਜਿਹਾ ਬਹਾਨਾ ਪਿੰਡ ਪੇਕੇ ਆਉਣ ਦਾ। ਲੱਥ ਜਾਂਦਾ ਚਾਰ ਦਿਨ ਡਰਮ ਨੂੰ ਸੱਸਦਾ, ਚੜ੍ਹ ਕੇ ਘਟਾਵਾਂ ਆਈਆਂ ਸੌਣ ਪਿਆ ਵਸਦਾ, ਚੜ੍ਹ ਕੇ ਘਟਾਵਾਂ ਆਈਆਂ ਸੌਣ ਪਿਆ ਵਸਦਾ। ਮਾਹੀ ਪਰਦੇਸ ਜਿਹਦਾ ਕਰਦਾ ਕਮਾਈਆਂ ਨੂੰ, ਉਹ ਮਾਹੀ ਪਰਦੇਸ ਜਿਹਦਾ ਕਰਦਾ ਕਮਾਈਆਂ ਨੂੰ, ਕਿਹਦੇ ਅੱਗੇ ਫੁੱਲ ਦੇਵੇ ਹੁਸਨ ਦੁਹਾਈਆਂ ਨੂੰ। ਧਿਆਨ ਦੇਣਾ ਜੀ, ਮਾਹੀ ਪਰਦੇਸ ਜਿਹਦਾ ਕਰਦਾ ਕਮਾਈਆਂ ਨੂੰ, ਕਿਹਦੇ ਅੱਗੇ ਫੁੱਲ ਦੇਵੇ ਹੁਸਨ ਦੁਹਾਈਆਂ ਨੂੰ। ਵਿਰਹਾ ਦਾ ਨਾਗ ਰਹਿੰਦਾ ਦਿਨ ਰਾਤ ਦੱਸਦਾ, ਚੜ੍ਹ ਕੇ ਘਟਾਵਾਂ ਆਈਆਂ ਸੌਣ ਪਿਆ ਵਸਦਾ, ਚੜ੍ਹ ਕੇ ਘਟਾਵਾਂ ਆਈਆਂ ਸੌਣ ਪਿਆ ਵਸਦਾ। ਆਖਰੀ ਬੰਦਾ ਜੀ, ਨੀਲੀ ਛੱਤ ਹੇਠ ਲੱਗਾ ਮੋਰਚਾ ਕਿਸਾਨਾਂ ਦਾ, ਨੀਲੀ ਛੱਤ ਹੇਠ ਲੱਗਾ ਮੋਰਚਾ ਕਿਸਾਨਾਂ ਦਾ, ਰੇੜਕਾ ਕਾਨੂੰਨਾਂ ਅਤੇ ਕਿਸਾਨਾਂ ਦੀਆਂ ਸ਼ਾਨਾਂ ਦਾ। ਉਹ ਨੀਲੀ ਛੱਤ ਹੇਠ ਲੱਗਾ ਮੋਰਚਾ ਕਿਸਾਨਾਂ ਦਾ, ਰੇੜਕਾ ਕਾਨੂੰਨਾਂ ਅਤੇ ਕਿਸਾਨਾਂ ਦੀਆਂ ਸ਼ਾਨਾਂ ਦਾ। ਰੂਪ ਫਿਕਰਾਂ ਦੇ ਵਿੱਚ ਦਿਲ ਜਾਵੇ ਧੱਸਦਾ, ਚੜ੍ਹ ਕੇ ਘਟਾਵਾਂ ਆਈਆਂ ਸੌਣ ਪਿਆ ਵਸਦਾ, ਚੜ੍ਹ ਕੇ ਘਟਾਵਾਂ ਆਈਆਂ ਸੌਣ ਪਿਆ ਵਸਦਾ। ਧੰਨਵਾਦ ਜੀ। ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸੁਨੀਤਾ ਮਦਾਨ ਫਗਵਾੜਾ ਤੋਂ ਤੁਹਾਡੇ ਸਾਹਮਣੇ ਆਪਣੀ ਪਹਿਲੀ ਰਚਨਾ ਉਦਾਸ ਰੱਖੜੀ ਪੇਸ਼ ਕਰਨ ਜਾ ਰਹੀ ਹਾਂ। ਦੁਨੀਆ ਕਹਿੰਦੀ ਖੁਸ਼ੀਆਂ ਭਰਿਆ ਆਇਆ ਰੱਖੜੀ ਦਾ ਤਿਉਹਾਰ, ਦੁਨੀਆ ਕਹਿੰਦੀ ਖੁਸ਼ੀਆਂ ਭਰਿਆ ਆਇਆ ਰੱਖੜੀ ਦਾ ਤਿਉਹਾਰ, ਪਰ ਮੈਂ ਖੂੰਜੇ ਲੱਗ ਕੇ ਬੈਠੀ ਕਰਾਂ ਵੀਰ ਦਾ ਇੰਤਜ਼ਾਰ। ਤੱਕ ਤੱਕ ਰਾਹਾਂ ਥੱਕੀਆਂ ਅੱਖੀਆਂ, ਮੈਂ ਤਾਂ ਬਹੁਤ ਉਡੀਕਾਂ ਰੱਖੀਆਂ। ਤੱਕ ਤੱਕ ਰਾਹਾਂ ਥੱਕੀਆਂ ਅੱਖੀਆਂ, ਮੈਂ ਤਾਂ ਬਹੁਤ ਉਡੀਕਾਂ ਰੱਖੀਆਂ। ਝੂਠੇ ਕਰ ਗਿਓ ਕੌਲ ਕਰਾਰ, ਆ ਜਾ ਵੀਰਾ ਹੁਣ ਇੱਕ ਵਾਰ, ਆਇਆ ਰੱਖੜੀ ਦਾ ਤਿਉਹਾਰ। ਲੋਕਾਂ ਦੀਆਂ ਵੀ ਭੂਆਂ ਆਈਆਂ, ਮਠਿਆਈ ਵੀ ਨਾਲ ਲਿਆਈਆਂ। ਲੋਕਾਂ ਦੀਆਂ ਵੀ ਭੂਆਂ ਆਈਆਂ, ਮਠਿਆਈ ਵੀ ਨਾਲ ਲਿਆਈਆਂ। ਖੋਲ ਕੇ ਮੈਂ ਵੀ ਵੇਖਾਂ ਵਾਰ, ਘਰ ਕੋਈ ਆਉਣ ਪਰਾਹੁਣੇ ਚਾਰ, ਆਇਆ ਰੱਖੜੀ ਦਾ ਤਿਉਹਾਰ। ਹੰਝੂ ਅੱਖੀਆਂ ਵਿੱਚੋਂ ਬਰਸਣ, ਵੀਰ ਨੂੰ ਦੇਖਣ ਲਈ ਇਹ ਤਰਸਣ। ਹੰਝੂ ਅੱਖੀਆਂ ਵਿੱਚੋਂ ਬਰਸਣ, ਵੀਰ ਨੂੰ ਦੇਖਣ ਲਈ ਇਹ ਤਰਸਣ। ਮਨ ਨੂੰ ਦੇਵਾਂ ਦਿਲਾਸਾ ਐਵੇਂ, ਅੱਡੀਆਂ ਚੁੱਕ ਚੁੱਕ ਪੱਬਾਂ ਭਾਰ, ਆਇਆ ਰੱਖੜੀ ਦਾ ਤਿਉਹਾਰ। ਪਤਾ ਏ ਦੁਨੀਆ ਛੱਡ ਗਿਆ ਏ, ਸਾਨੂੰ ਦਿਲ ਚੋਂ ਕੱਢ ਗਿਆ ਏ। ਪਤਾ ਏ ਦੁਨੀਆ ਛੱਡ ਗਿਆ ਏ, ਸਾਨੂੰ ਦਿਲ ਚੋਂ ਕੱਢ ਗਿਆ ਏ। ਰੋਸਾ ਮੈਂ ਕਿਸ ਉੱਤੇ ਕਰਨਾ, ਹੁਣ ਮੇਰਾ ਕੀ ਏ ਅਧਿਕਾਰ, ਆਇਆ ਰੱਖੜੀ ਦਾ ਤਿਉਹਾਰ। ਰੱਖੜੀ ਮੇਰੀ ਉਦਾਸ ਰਹਿੰਦੀ, ਲੰਮੇ ਲੰਮੇ ਹੌਕੇ ਲੈਂਦੀ। ਰੱਖੜੀ ਮੇਰੀ ਉਦਾਸ ਰਹਿੰਦੀ, ਲੰਮੇ ਲੰਮੇ ਹੌਕੇ ਲੈਂਦੀ। ਹੁਣ ਸੁਨੀਤਾ ਨੂੰ ਇੰਜ ਲੱਗਦਾ, ਤੂੰ ਦੁੱਖ ਸੁੱਖ ਦਾ ਸੀ ਸਾਂਝੀਦਾਰ। ਹੁਣ ਸੁਨੀਤਾ ਨੂੰ ਇੰਜ ਲੱਗਦਾ, ਤੂੰ ਦੁੱਖ ਸੁੱਖ ਦਾ ਸੀ ਸਾਂਝੀਦਾਰ। ਆਇਆ ਰੱਖੜੀ ਦਾ ਤਿਉਹਾਰ, ਆਇਆ ਰੱਖੜੀ ਦਾ ਤਿਉਹਾਰ, ਪਰ ਮੈਂ ਖੂੰਜੇ ਲੱਗ ਕੇ ਬੈਠੀ ਕਰਾਂ ਵੀਰ ਦਾ ਇੰਤਜ਼ਾਰ, ਆਇਆ ਰੱਖੜੀ ਦਾ ਤਿਉਹਾਰ। ਅੱਜ ਦੇ ਇਸ ਕਵੀ ਦਰਬਾਰ ਦੇ ਵਿੱਚ ਸ਼ਾਮਿਲ ਸਾਰੇ ਸਤਿਕਾਰਯੋਗ ਕਵੀਆਂ ਨੂੰ ਮੇਰੇ ਵੱਲੋਂ ਯਾਨੀ ਸਰਬਜੀਤ ਵੀਰ ਦੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੋਸਤੋ, ਮੈਂ ਅੱਜ ਆਪ ਜੀ ਦੇ ਨਾਲ
ਜਿਹੜੀ ਪਿਛਲੇ ਦਿਨੀ ਲਖੀਮਪੁਰ ਖੀਰੀ ਵਿਖੇ ਘਟਨਾ ਹੋਈ ਆ ਔਰ ਕੁਝ ਕਿਸਾਨ ਮਾਰੇ ਗਏ ਜਿਨ੍ਹਾਂ ਦੇ ਉੱਪਰ ਗੱਡੀਆਂ ਚੜਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉਸ ਸੰਬੰਧ ਦੇ ਵਿੱਚ ਮੈਂ ਇੱਕ ਗੀਤ ਆਪ ਸਭ ਦੇ ਨਾਲ ਸਾਂਝਾ ਕਰ ਰਿਹਾ। ਸੋ ਧਿਆਨ ਦੇਣਾ, ਹੱਕ ਅਤੇ ਸੱਚ ਦੀ ਗੱਲ ਕਰਨ ਜਾ ਰਿਹਾ ਕਿ ਅੱਤ ਜ਼ੁਲਮ ਦੀ ਜ਼ਾਲਮਾਂ ਨੇ ਕਰਤੀ ਸਾਰੀ ਖੂਨ ਨਾਲ ਰੰਗ ਦਿੱਤੀ ਧਰਤੀ। ਅੱਤ ਜ਼ੁਲਮ ਦੀ ਜ਼ਾਲਮਾਂ ਨੇ ਕਰਤੀ ਸਾਰੀ ਖੂਨ ਨਾਲ ਰੰਗ ਦਿੱਤੀ ਧਰਤੀ, ਕਹਿਰ ਸਾਡੇ ਉੱਤੇ ਕਿੰਨੇ ਹੋਰ ਨੇ ਗੁਜ਼ਾਰਨੇ, ਅਜੇ ਤੱਕ ਮਿਲਿਆ ਨਹੀਂ ਸਾਨੂੰ ਇਨਸਾਫ, ਦੱਸੋ ਗੱਡੀਆਂ ਚੜ੍ਹਾ ਕੇ ਕਿੰਨੇ ਹੋਰ ਮਾਰਨੇ, ਅਜੇ ਤੱਕ ਮਿਲਿਆ ਨਹੀਂ ਸਾਨੂੰ ਇਨਸਾਫ, ਦੱਸੋ ਗੱਡੀਆਂ ਚੜ੍ਹਾ ਕੇ ਕਿੰਨੇ ਹੋਰ ਮਾਰਨੇ। ਗੱਲ ਕਰੀਏ ਅਸੀਂ ਤਾਂ ਹੱਕ ਸੱਚ ਦੀ, ਸਾਡੀ ਸੱਚੀ ਗੱਲ ਕਿਉਂ ਨਹੀਂ ਤੁਹਾਨੂੰ ਜੱਚਦੀ। ਗੱਲ ਕਰੀਏ ਅਸੀਂ ਤਾਂ ਹੱਕ ਸੱਚ ਦੀ, ਸਾਡੀ ਸੱਚੀ ਗੱਲ ਕਿਉਂ ਨਹੀਂ ਤੁਹਾਨੂੰ ਜੱਚਦੀ, ਕਿੰਨੇ ਪੁੱਤ ਨੇ ਮਾਵਾਂ ਦੇ ਦੱਸੋ ਹੋਰ ਮਾਰਨੇ, ਅਜੇ ਤੱਕ ਮਿਲਿਆ ਨਹੀਂ ਸਾਨੂੰ ਇਨਸਾਫ, ਦੱਸੋ ਗੱਡੀਆਂ ਚੜ੍ਹਾ ਕੇ ਕਿੰਨੇ ਹੋਰ ਮਾਰਨੇ। ਮਾਵਾਂ ਰੋਂਦੀਆਂ ਨਾ ਜਾਣ ਸਾਥੋਂ ਵੇਖੀਆਂ, ਲਾਸ਼ਾਂ ਸਾਡੀਆਂ ਨੂੰ ਕੀਤਾ ਅਣਦੇਖੀਆਂ, ਤੁਹਾਨੂੰ ਪੈਣੇ ਹਰ ਜਾਣੇ ਇੱਕ ਦਿਨ ਤਾਰਨੇ, ਅਜੇ ਤੱਕ ਮਿਲਿਆ ਨਹੀਂ ਸਾਨੂੰ ਇਨਸਾਫ, ਦੱਸੋ ਗੱਡੀਆਂ ਚੜ੍ਹਾ ਕੇ ਕਿੰਨੇ ਹੋਰ ਮਾਰਨੇ। ਸੋ ਲਾਸਟ ਅੰਤਰਾ ਧਿਆਨ ਦੇਣਾ ਜੀ, ਗੱਲ ਕਰੋ ਸਾਡੇ ਨਾਲ ਇਨਸਾਫ ਦੀ, ਤੁਹਾਡੀ ਨੀਤ ਸਾਨੂੰ ਸਾਫ ਨਹੀਂ ਜੇ ਜਾਪਦੀ। ਗੱਲ ਕਰੋ ਸਾਡੇ ਨਾਲ ਇਨਸਾਫ ਦੀ, ਤੁਹਾਡੀ ਨੀਅਤ ਸਾਨੂੰ ਸਾਫ ਨਹੀਂ ਜੇ ਜਾਪਦੀ। ਬੋਲ ਪੈ ਗਏ ਨੇ ਸਰਬਜੀਤ ਨੂੰ ਉਚਾਰਨੇ, ਬੋਲ ਪੈ ਗਏ ਨੇ ਸਰਬਜੀਤ ਨੂੰ ਉਚਾਰਨੇ, ਅਜੇ ਤੱਕ ਮਿਲਿਆ ਨਹੀਂ ਸਾਨੂੰ ਇਨਸਾਫ, ਦੱਸੋ ਗੱਡੀਆਂ ਚੜ੍ਹਾ ਕੇ ਕਿੰਨੇ ਹੋਰ ਮਾਰਨੇ। ਅਜੇ ਤੱਕ ਮਿਲਿਆ ਨਹੀਂ ਸਾਨੂੰ ਇਨਸਾਫ, ਦੱਸੋ ਗੱਡੀਆਂ ਚੜ੍ਹਾ ਕੇ ਕਿੰਨੇ ਹੋਰ ਮਾਰਨੇ। ਸੋ ਬਹੁਤ ਬਹੁਤ ਧੰਨਵਾਦ ਆਪ ਸਭ ਦਾ, ਔਰ ਜਿੰਨੇ ਵੀ ਸਾਡੇ ਪ੍ਰਬੰਧਕ ਵੀਰਾਂ ਦਾ, ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਆਪਣੀ ਰਚਨਾ ਆਪ ਸਭ ਦੇ ਨਾਲ ਸਾਂਝੀ ਕਰ ਸਕਾਂ। ਸੋ ਮੈਨੂੰ ਪੂਰੀ ਆਸ ਆ ਵੀ ਤੁਹਾਨੂੰ ਮੇਰੀ ਰਚਨਾ ਪਸੰਦ ਆਈ ਹੋਵੇਗੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਬੁੱਲਿਆ ਦੇਸ ਪੰਜਾਬ ਨੂੰ ਹਾਕਮ ਗਿਆ ਮਧੋੜ, ਇੱਥੇ ਸੋਚੀ ਲੱਗੇ ਜੰਦਰੇ ਚਾਬੀ ਹਾਕਮ ਕੋਲ। ਬੁੱਲਿਆ ਦੇਸ ਪੰਜਾਬ ਦੇ ਘਰ ਘਰ ਇਹੋ ਅੱਗ, ਭੇਡਾਂ ਦੇ ਵਿੱਚ ਰਲ ਗਿਆ ਵੇਖ ਸੂਰਾਂ ਦਾ ਵੱਗ। ਬੁੱਲਿਆ ਦੇਸ ਪੰਜਾਬ ਤੋਂ ਉਧੜ ਗਿਆ ਜ਼ਮੀਰ, ਤਨ ਚਿੱਟੇ ਮਨ ਗੰਧਲੇ ਤੇ ਨੈਣਾਂ ਵਿੱਚ ਚਿੱਟੀਰ। ਬੁੱਲਿਆ ਦੇਸ ਪੰਜਾਬ ਦਾ ਸੁਣ ਅੱਖੀਂ ਢਿੱਠਾ ਹਾਲ, ਇੱਥੇ ਭੈਣ ਭਾਈ ਨਾਲ ਜਾਂਵਦੀ ਉੱਤੇ ਆਖਣ ਮਾਲ। ਬੁੱਲਿਆ ਦੇਸ ਪੰਜਾਬ ਦੇ ਦਾਨਿਸ਼ ਅਕਲੋਂ ਤੰਗ, ਸ਼ੋਹਰਤ ਹੱਥੋਂ ਹਾਰ ਗਏ ਸੱਭਿਆਚਾਰ ਦੀ ਜੰਗ। ਬੁੱਲਿਆ ਦੇਸ ਪੰਜਾਬ ਦੀ ਕੀ ਸਿਫਤ ਸੁਣਾਵਾਂ ਯਾਰ, ਇੱਥੇ ਗੀਤਾਂ ਵਿੱਚ ਦੁਨਾਲੀਆਂ ਅਤੇ ਨਸ਼ਿਆਂ ਦਾ ਵਿਉਪਾਰ। ਬੁੱਲਿਆ ਦੇਸ ਪੰਜਾਬ ਨੇ ਵਿਸਰੇ ਗੁਰੂ ਤੇ ਪੀਰ, ਇੱਥੇ ਹਾਕਮ ਧਿਰਨੇ ਜਬਰੀ ਦੂਰੇ ਕਰੇ ਸ਼ਤੀਰ। ਬੁੱਲਿਆ ਦੇਸ ਪੰਜਾਬ ਦਾ ਦੱਸਾਂ ਕਿੰਜ ਦੁਖਾਂਤ, ਇੱਥੇ ਮੁਰਦਾ ਚੁੱਪ ਹੈ ਪਸਰੀ ਤੇ ਕਹਿਣ ਨੂੰ ਸੂਬਾ ਸ਼ਾਂਤ, ਤੇ ਕਹਿਣ ਨੂੰ ਸੂਬਾ ਸ਼ਾਂਤ। ਇਹ ਸਮਾਨੇ ਸਫ਼ਰ ਮੇਰਾ ਬਖਸ਼ਿਸ਼ ਸਰਕਾਰ ਦੀ ਹੈ, ਇਹ ਸਮਾਨੇ ਸਫ਼ਰ ਮੇਰਾ ਬਖਸ਼ਿਸ਼ ਸਰਕਾਰ ਦੀ ਹੈ, ਹੈ ਸਰਾਣਾ ਮੇਰਾ ਇੱਟ ਦਾ ਚਾਦਰ ਅਖਬਾਰ ਦੀ ਹੈ। ਔਰ ਦੂਸਰੀ ਗਜ਼ਲ ਦੇ ਇੱਕ ਸ਼ੇਅਰ ਹੈ, ਮਤਲਬ ਕਿ ਹੈ ਤਖ਼ਤ 'ਤੇ ਕੋਈ ਹਕੂਮਤ ਕੋਈ ਕਰਦਾ ਹੈ, ਹੈ ਤਖ਼ਤ 'ਤੇ ਕੋਈ ਹਕੂਮਤ ਕੋਈ ਕਰਦਾ ਹੈ, ਲੱਗਦਾ ਸਿਆਸਤ ਨਾ ਸਿਆਸਤ ਕੋਈ ਕਰਦਾ ਹੈ। ਹਾਂਜੀ, ਕੁਛ ਚੰਦ ਸ਼ੇਅਰ ਇੱਕ ਗਜ਼ਲ ਦੇ ਤੁਹਾਡੀ ਨਜ਼ਰ ਕਰ ਰਿਹਾ ਕਿ ਤੂਫਾਨਾਂ ਨਾਲ ਜੇ ਕਰਦਾ ਨਾ ਮੈਂ ਟਕਰਾਉਣ ਦੀ ਕੋਸ਼ਿਸ਼, ਤੂਫਾਨਾਂ ਨਾਲ ਜੇ ਕਰਦਾ ਨਾ ਮੈਂ ਟਕਰਾਉਣ ਦੀ ਕੋਸ਼ਿਸ਼, ਉੜਾ ਬੁੱਲਿਆਂ ਨੇ ਦੇਣੀ ਸੀ ਮੇਰੀ ਪਹਿਚਾਣ ਦੀ ਕੋਸ਼ਿਸ਼। ਉਹ ਬਹਿਰੇ ਹੋਣ ਦਾ ਨਾਟਕ
मेरे नाल खेड़दा रहिंदा। वो बहरे होण दा नाटक मेरे नाल खेड़दा रहिंदा। जदों भी करदा हाँ उसनू मैं सच सुनाण दी कोशिश। शेर है कि तमन्ना जीण दी मेरी रही नित मार दी मैनू, तमन्ना जीण दी मेरी रही नित मार दी मैनू, सिखा गई हुनर जीने दा वो सिर कटवाण दी कोशिश। शेर है जी सुनना कि सुंगा के बूटियां लुटिया असां दे रहबरां सानू, सुंगा के बूटियां लुटिया असां दे रहबरां सानू, डुबो के बेड़ियां कीती टिकाने लाण दी कोशिश। जीरबी जी शेर आ कि ना कोई कारवां मिलिया ना कोई रहनुमा दिसिया, ना कोई कारवां मिलिया ना कोई रहनुमा दिसिया, कीती दस हद्दियां ने भी मैनू पटकाण दी कोशिश। लगा के खून दे टिक्के बहा के पाप दी गंगा, लगा के खून दे टिक्के बहा के पाप दी गंगा, खुदा तो दूर कर गई है खुदा नू पाण दी कोशिश। और शेर है कि नहीं तोता मैं पिंजरे दा जो बोलूं बॉस दी बोली, नहीं तोता मैं पिंजरे दा जो बोलूं बॉस दी बोली, मेरे मुंह बिच जवां अपनी करो ना पाण दी कोशिश। और आखिरी शेर है कि क्यों बलिहार ना जावां ऐसे दिलदार दे कोमल, क्यों बलिहार ना जावां ऐसे दिलदार दे कोमल, जो सूली चाड़ के मैनू करे अजमान दी कोशिश, जो सूली चाड़ के मैनू करे अजमान दी कोशिश। बहुत बहुत शुक्रिया जी। ਲੋ ਜੀ, ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਕਵੀ ਦਰਬਾਰ ਜੋ ਹੈ ਬਹੁਤ ਹੀ ਪਸੰਦ ਆਇਆ ਹੋਏਗਾ। ਅੱਜ ਦੇ ਕਵੀ ਦਰਬਾਰ ਦੇ ਵਿੱਚ ਜਸਪਾਲ ਜੀਰਵੀ ਜੀ, ਜਿਨ੍ਹਾਂ ਨੇ ਸਾਵਣ 'ਤੇ ਬਹੁਤ ਅੱਛੀ ਕਵਿਤਾ ਬੋਲੀ, ਰੂਪ ਲਾਲ ਰੂਪ ਜੀ, ਉਹਨਾਂ ਨੇ ਵੀ ਬਹੁਤ ਅੱਛਾ ਲਿਖਦੇ ਨੇ ਜੀ, ਔਰ ਸੁਨੀਤਾ ਮਦਾਨ ਜੀ, ਸਰਬਜੀਤ ਸਿੰਘ ਬਿਰਦੀ ਜੀ, ਨਿਕਾਸ਼ ਚਿਤਵਨੀ ਜੀ ਅਤੇ ਬਲਦੇਵ ਰਾਜ ਕੋਮਲ ਜੀ, ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਸਵਾਗਤ ਔਰ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰ ਫਿਰ ਦੱਸ ਦੇਵਾਂ ਕਿ ਹੁਣ ਅਸੀਂ ਜਿਹੜਾ ਕਵੀ ਦਰਬਾਰ ਦਾ ਫਾਰਮੈਟ ਹੈ ਉਹ ਚੇਂਜ ਕਰ ਦਿੱਤਾ ਹੈ। ਜੇਕਰ ਕੋਈ ਕਵੀ ਆਡੀਓ ਰੂਪ ਦੇ ਵਿੱਚ ਕਵਿਤਾ ਭੇਜਣਾ ਚਾਹੁੰਦਾ ਹੈ ਤਾਂ ਉਹ ਖੁਦ ਹੀ 2 ਮਿੰਟ ਦੀ ਰਿਕਾਰਡਿੰਗ ਕਰਕੇ ਸਾਨੂੰ ਭੇਜ ਸਕਦਾ ਹੈ। ਜੇ ਵੀਡੀਓ 'ਚ ਭੇਜਣਾ ਚਾਹੁੰਦਾ ਤਾਂ ਵੀਡੀਓ 'ਚ ਵੀ ਭੇਜ ਸਕਦਾ ਹੈ। ਤੁਹਾਡੇ ਕੋਲ ਸਾਰਿਆਂ ਕੋਲ ਵਟਸਐਪ ਨੰਬਰ ਹੈ ਮੇਰਾ, ਵਟਸਐਪ 'ਤੇ ਵੀ ਤੁਸੀਂ ਭੇਜ ਸਕਦੇ ਹੋ। ਨਾਲ ਹੀ ਤੁਸੀਂ ਈਮੇਲ ID ਵੀ ਨੋਟ ਕਰ ਸਕਦੇ ਹੋ, newssonystudio@gmail.com, newssonystudio, newssonystudio@gmail.com ਤੇ ਵੀ ਤੁਸੀਂ ਮੈਨੂੰ ਆਪਣੀਆਂ ਕਵਿਤਾਵਾਂ ਭੇਜ ਸਕਦੇ ਹੋ। ਨਾਲ ਹੀ ਇੰਟਰੋ ਵੀ ਭੇਜ ਦਿਆ ਕਰੋ ਅਤੇ ਨਾਲ ਹੀ ਆਪਣੀ ਫੋਟੋਗ੍ਰਾਫ ਜਿਹੜੀ ਹੈ ਉਹ ਭੇਜ ਦਿਆ ਕਰੋ। ਇੱਕ ਵਾਰ ਫਿਰ ਰਣਜੀਤ ਰੇਡੀਓ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਆਪਣੀ ਦੋਸਤ ਰਣਜੀਤ ਕੌਰ ਸੰਧੂ ਸੋਨੀ ਨੂੰ ਆਗਿਆ ਦਿਓ। ਸਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ।